21 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ ਕਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਇਸ ਮੁਤਲਕ ਪੰਜਾਬ ਸਰਕਾਰ ਵੀ ਕਾਫੀ ਸੁਚੇਤ ਹੋ ਚੁੱਕੀ ਆ ਔਰ ਇਥੋਂ ਤੱਕ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਪੰਜਾਬ ਭਰ ਦੇ ਵਿੱਚ ਸਾਰੇ ਸਰਕਾਰੀ ਗੈਰ ਸਰਕਾਰੀ ਦਫਤਰਾਂ ਦੇ ਵਿੱਚ ਜਿਹੜੇ ਬੋਰਡ ਨੇ ਚਾਹੇ ਸਾਈਨ ਬੋਰਡ ਨੇ ਉਹ ਮਾਂ ਬੋਲੀ ਚ ਲਿਖਵਾਏ ਜਾਣ ਔਰ ਇਹ ਕਾਫੀ ਲੰਮੇ ਸਮੇਂ ਤੋਂ ਚਰਚਾ ਰਹੀ ਆ ਕਿ ਪੰਜਾਬ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੀ بجائے ਸਰਕਾਰੀ ਕੰਮਕਾਜ ਵੀ ਪੰਜਾਬੀ ਭਾਸ਼ਾ ਵਿੱਚ ਹੀ ਹੋਣਾ ਚਾਹੀਦਾ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਬਹੁਤ ਸਾਰੇ ਅਫਸਰਾਂ ਨੇ ਵੀ ਆਪਣੀਆਂ ਜਿਹੜੀਆਂ ਨੇਮ ਪਲੇਟਾਂ ਜਾਂ ਦਫ਼ਤਰਾਂ ਦੇ ਬਾਹਰ ਜੋ ਉਹਨਾਂ ਦੇ ਨਾਮ ਲਿਖੇ ਹੁੰਦੇ ਨੇ ਮਹਿਕਮੇ ਦੇ ਨਾਮ ਲਿਖੇ ਹੁੰਦੇ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਿਖਵਾਉਣੇ ਸ਼ੁਰੂ ਕਰ ਦਿੱਤੇ ਨੇ ਅਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਤਸਵੀਰ ਤੇ ਵੀਡੀਓ ਸਾਹਮਣੇ ਆਈ ਆ ਉਹ ਆਈ ਆ ਪੰਜਾਬ ਦੇ ਡੀਜੀਪੀ ਗੌਰਵ ਜਾਦੂ ਸਾਹਿਬ ਦੀ ਡੀਜੀਪੀ ਗੌਰਵ ਜਾਦੂ ਹੁਣਾਂ ਵੀ ਜਿਹੜੀ ਉਹਨਾਂ ਦੀ ਨਾਮ ਲਿਖਿਆ ਹੁੰਦਾ ਜਿੱਥੇ ਪਹਿਲਾਂ ਉਹਨਾਂ ਦੇ ਨਾਮ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਸੀ ਉਹਨਾਂ ਨੇ ਵੀ ਹੁਣ ਆਪਣੀ ਯੂਨੀਫਾਰਮ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਨਾਮ ਲਿਖਵਾ ਲਿਆ ਜਿਸ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਉਹਨਾਂ ਨੇ ਵੀ ਆਪਣੀ ਵਰਦੀ ਦੇ ਉੱਪਰ ਜਿਹੜਾ ਪਹਿਲਾਂ ਇੰਗਲਿਸ਼ ਭਾਸ਼ਾ ਦੇ ਵਿੱਚ ਨਾਮ ਸੀ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਿਖਵਾ ਲਿਆ ਸੀ ਤੇ ਬਹੁਤ ਸਾਰੇ ਬਾਕੀ ਵੀ ਜਿਹੜੇ ਅਫਸਰ ਨੇ ਚਾਹੇ ਡਿਸਟ੍ਰਿਕਟ ਲੈਵਲ ਦੇ ਚਾਹੇ ਤਹਿਸੀਲ ਲੈਵਲ ਦੇ ਜਾਂ ਸਟੇਟ ਲੈਵਲ ਦੇ ਅਫਸਰਾਂ ਨੇ ਵੀ ਹੁਣ ਆਪਣੇ ਜਿਹੜੇ ਨਾਮ ਚਾਹੇ ਦਫਤਰਾਂ ਦੇ ਬਾਹਰ ਨੇ ਜਾਂ ਫਿਰ ਉਹਨਾਂ ਦੀ ਅਗਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਯੂਨੀਫਾਰਮ ਉੱਪਰ ਨਾਮ ਲਿਖਵਾਏ ਜਾਂਦੇ ਉਹ ਹੁਣ ਪੰਜਾਬੀ ਮਾਂ ਬੋਲੀ 'ਚ ਲਖਮਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੋਏ ਕੋਈ ਗਨਾਹ ਨਹੀਂ ਕਿਉਂਕਿ ਪੰਜਾਬ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਿਆ ਸੀ ਕਾਫੀ ਲੰਮੇ ਜੁਧ ਤੋਂ ਬਾਅਦ ਸੰਘਰਸ਼ਾਂ ਤੋਂ ਬਾਅਦ ਸੂਬਾ ਬਣਿਆ ਸੀ ਹਲਕੀ ਚਰਚਾ ਕਿ ਸਾਰੀਆਂ ਪਛਾਵਾਂ ਸਿੱਖਣੀਆਂ ਚਾਹੀਦੀਆਂ ਲੇਕਿਨ ਆਪਣੀ ਮਾਂ ਬੋਲੀ ਵੀ ਨਜ਼ਰ ਅੰਦਾਜ਼ ਨਹੀਂ ਹੋਣੀ ਚਾਹੀਦੀ। ਇਸ ਕਰਕੇ ਬਹੁਤ ਸਾਰੇ ਹੁਣ ਸਰਕਾਰੀ ਦਫਤਰਾਂ ਦੇ ਬਾਹਰ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜੇ ਨੇਮ ਪਲੇਟ ਜਾਂ ਜਿਹੜੇ ਸਾਈਨ ਬੋਰਡ ਲੱਗਣੇ ਸ਼ੁਰੂ ਹੋ ਚੁੱਕ ਨੇ। ਖਾਸ ਕਰਕੇ ਜਿਹੜੇ ਨੈਸ਼ਨਲ ਹਾਈਵੇ ਦੇ ਜਿਹੜੇ ਸਾਈਨ ਬੋਰਡ ਹੁੰਦੇ ਉੱਥੇ ਸਭ ਤੋਂ ਪਹਿਲਾਂ ਹਿੰਦੀ ਫਿਰ ਇੰਗਲਿਸ਼ ਫਿਰ ਪੰਜਾਬੀ ਲਿਖੀ ਸੀ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਕਈ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਫਿਰ ਹਿੰਦੀ ਫਿਰ ਇੰਗਲਿਸ਼ ਲਿਖੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਕਈਆਂ ਦੇ ਖਿਲਾਫ ਪਰਚੇ ਵੀ ਦਰਜ ਹੋਏ ਸੀ ਲੇਕਿਨ ਹੁਣ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਪੰਜਾਬ ਦੇ ਵਿੱਚ ਆ ਕਈ ਵਾਰ ਜਿਹੜੇ ਬਿੱਲ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਦਰਜਾ ਦੇਣ ਵਾਸਤੇ ਕਾਨੂੰਨ ਬਣਾਏ ਗਏ ਨੇ ਕਾਨੂੰਨ ਚ ਸੋਧਾ ਵੀ ਹੋਈ ਆ ਇਸੇ ਕਰਕੇ ਸਾਬਕਾ ਮੁੱਖ ਮੰਤਰੀ ਲక్ష్ਮਨ ਸਿੰਘ ਗਿੱਲ ਨੂੰ ਯਾਦ ਕੀਤਾ ਜਾਂਦਾ ਕਿ ਪਹਿਲੀ ਦਫਾ ਉਹਨਾਂ ਦੀ ਸਰਕਾਰ ਨੇ ਹੀ ਸੂਬੇ ਅੰਦਰ ਪੰਜਾਬੀ ਮਾਂ ਬੋਲੀ ਨੂੰ ਦਰਜਾ ਦੇਣ ਵਾਸਤੇ ਕਾਨੂੰਨ ਬਣਾਇਆ ਸੀ 2008 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਉਹਦੇ ਵਿੱਚ ਸੋਧ ਵੀ ਕੀਤੀ ਸੀ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਭਾਸ਼ਾ ਕਮੇਟੀਆਂ ਵੀ ਬਣਾਈਆਂ ਗਈਆਂ ਸੀ ਲੇਕਿਨ ਉਸ ਲੈਵਲ ਤੱਕ ਕੰਮ ਨਹੀਂ ਹੋਇਆ ਔਰ ਹੁਣ ਸਰਕਾਰੀ ਦਫਤਰਾਂ ਵਿੱਚ ਕੰਮਕਾਜ ਪੰਜਾਬੀ ਭਾਸ਼ਾ ਚੋਵੇ ਉਸਤੇ ਲੈ ਕੇ ਵੀ ਲਗਾਤਾਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਿਹੜੀ ਸ਼ੁਰੂਆਤ ਹੁਣ ਪੰਜਾਬ ਪੁਲਿਸ ਨੇ ਕੀਤੀ ਹੈ ਖਾਸ ਕਰਕੇ ਆਈਪੀਐਸ ਅਫਸਰਾਂ ਨੇ ਸ਼ੁਰੂਆਤ ਕੀਤੀ ਲਾਜ਼ਮੀ ਤੌਰ ਤੇ ਕਹਿ ਸਕਦੇ ਕਿ ਪੁਲਿਸ ਦੇ ਵਿੱਚ ਵੀ ਹੁਣ ਪੰਜਾਬੀ ਮਾਮ ਬੋਲੀ ਲਿਖਣੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਜਿਹੜਾ ਆਈਪੀਐਸ ਅਫਸਰਾਂ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਭਾਰਤ ਸਰਕਾਰ ਦਾ ਕਾਨੂੰਨ ਲਾਗੂ ਹੁੰਦੇ ਨੇ ਔਰ ਖਾਸ ਕਰਕੇ ਜਿਹੜੀ ਵਰਦੀ ਦੇ ਉੱਪਰ ਉਹਨਾਂ ਦਾ ਨਾਮ ਲਿਖਿਆ ਹੁੰਦਾ ਜਾਂ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਜੋ ਕਾਨੂੰਨ ਕਹਿੰਦੇ ਨੇ ਇੱਕ ਆਈਪੀਐਸ ਅਫਸਰ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਇੱਕ ਕੋਡ ਆ ਲੇਕਿਨ ਜਿੱਥੋਂ ਤੱਕ ਹੁਣ ਪੰਜਾਬ ਦਾ ਸਵਾਲ ਹੈ ਅਗਰ ਕੋਈ ਆਈਪੀਐਸ ਅਫਸਰ ਪੰਜਾਬ ਕਾਡਰ ਨੂੰ ਮਿਲਿਆ ਤੇ ਉਹਨੂੰ ਹੁਣ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਨੇਮ ਪਲੇਟ ਹੈ ਜਾਂ ਉਹਨਾਂ ਦੇ ਯੂਨੀਫਾਰਮ ਦੇ ਉੱਪਰ ਜਿਹੜਾ ਨਾਮ ਲਿਖਿਆ ਹੁੰਦਾ ਵਰਦੀ ਦੇ ਉੱਪਰ ਉਹ ਪੰਜਾਬੀ ਚ ਹੀ ਲਿਖਿਆ ਕਰਿਆ ਕਰਨਗੇ ਕਿਉਂਕਿ ਸ਼ੁਰੂਆਤ ਹੁਣ ਖੁਦ ਸੂਬੇ ਦੇ ਡੀਜੀਪੀ ਗੌਰਵ ਜਾਦਵ ਨੇ ਕਰ ਦਿੱਤੀ ਹੈ। ਔਰ ਪੰਜਾਬ ਵਾਸਤੇ ਪੰਜਾਬੀ ਪ੍ਰੇਮੀਆ ਵਾਸਤੇ ਮਾਂ ਬੋਲੀ ਵਾਸਤੇ ਚੰਗੀ ਗੱਲ ਆ ਕਿ ਪੰਜਾਬ ਦੇ ਵਿੱਚ ਹੁਣ ਮਾਂ ਬੋਲੀ ਨੂੰ ਰੁਤਬਾ ਉਸ ਦਾ ਬਰਕਰਾਰ ਰੱਖਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਕੋਸ਼ਿਸ਼ਾਂ ਤੇ ਸਾਰਿਆਂ ਦਾ ਸਵਾਗਤ ਕਰਨਾ ਬੰਦ। ਦੇ ਦੇ ਦੇਗੇ ਅਗਰ ਆਉਣ ਵਾਲੇ ਸਮੇਂ ਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੇ ਸਰਕਾਰ ਦੇ ਫੈਸਲੇ ਨੂੰ ਨਜ਼ਰ ਅੰਦਾਜ਼ ਕਰੇਗਾ ਤੇ ਐਕਟ ਦੇ ਵਿੱਚ ਇਹ ਵੀ ਹੈ ਕਿ ਜਿਹੜਾ ਵੀ ਕਾਨੂੰਨ ਦੀ ਲੰਘਣਾ ਕਰੇਗਾ ਉਹਨੂੰ ਭਾਰੀ ਜੁਰਮਾਨੇ ਵੀ ਹੋ ਸਕਦੇ ਨੇ ਪਰ ਫਿਲਹਾਲ ਸੂਬਾ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਫਕਰ ਦੇ ਨਾਲ ਆਪਣੀ ਛਾਤੀ ਤੇ ਯੂਨੀਫਾਰਮ ਪਰ ਆਪਣਾ ਜਿਹੜਾ ਨਾਮ ਉਹਨਾਂ ਨੇ ਅੰਗਰੇਜ਼ੀ ਦੇ ਬਜਾਏ ਪੰਜਾਬੀ ਭਾਸ਼ਾ ਵਿੱਚ ਲਿਖਵਾਇਆ ਇਸ ਤਰ ਦੇ ਦੇਰੋ ABC ਪੰਜਾਬ